ਹਰ ਵਕਤ ਨੁਕਸ ਕੱਢਣਾ ਮਤਲਬ ਕੋਈ ਨਾ ਕੋਈ। ਇੱਕ ਬੰਦਾ ਸੀਗਾ ਬੜਾ ਨਗੋਚੀ ਸੀ, ਹਰ ਗੱਲ 'ਚ ਨੁਕਸ ਕੱਢਦਾ ਸੀ, ਉਹਦੇ ਦੋਸਤ ਮਿੱਤਰ ਪਰੇਸ਼ਾਨ, ਯਾਰ ਬੜਾ ਯਾਰ ਇਹਨੂੰ ਕੋਈ ਚੀਜ਼ ਨਹੀਂ ਪਸੰਦ ਆਉਂਦੀ ਯਾਰ, ਹਰੇਕ ਚੀਜ਼ 'ਚ ਨੰਨਾ ਪਾਉਂਦਾ ਯਾਰ। ਇੱਕ ਨਾ ਕੁੱਤਾ ਮਿਲ ਗਿਆ ਉਹਨਾਂ ਨੂੰ, ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ, ਪਾਣੀ ਦੇ ਉੱਤੇ ਤੁਰ ਲੈਂਦਾ ਸੀ। ਉਹ ਯਾਰ ਦੋਸਤ ਕਹਿੰਦੇ ਲੈ ਵੀ ਅੱਜ ਇਹਨੂੰ ਤਾਰੀਫ ਕਰਨੀ ਪਊ ਕੁੱਤੇ ਦੀ, ਬੁਲਾਓ ਇਹਨੂੰ ਅੱਜ। ਉਹਨੂੰ ਬੁਲਾਇਆ, ਟੋਬੇ ਦੇ ਉਰਲੇ ਪਾਸੇ ਕੁੱਤਾ ਛੱਡਿਆ, ਕੁੱਤਾ ਪਾਣੀ ਦੇ ਉੱਤੇ ਤੁਰ ਕੇ ਟੋਬੇ ਦੇ ਪਰਲੇ ਪਾਸੇ ਨਿਕਲ ਗਿਆ। ਉਹਨੂੰ ਕਹਿੰਦੇ ਹਾਂ ਵੀ ਹੁਣ ਦੱਸ ਕੀ ਕਹੇਗਾ, ਉਹ ਕਹਿੰਦਾ ਮੈਂ ਸਮਝ ਗਿਆ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ। ਲੈ ਐਂ ਲੱਭਦੇ ਨੇ ਨੁਕਸ। ਮੈਂ ਵੀ ਫਿਰ ਬੋਲਣ ਵਾਲਾ ਕੰਮ ਹੀ ਕੀਤਾ, ਮੈਂ ਪਹਿਲਾਂ ਗੈਸਟਾਂ ਕੁਸ਼ਟਾਂ 'ਚ, ਮੈਂ ਕਿਹੜਾ ਗੈਸ ਬੈਲਡਿੰਗ ਕਰਦਾ ਸੀ, ਤੁਹਾਨੂੰ ਸਿੱਧੇ ਹੋਏ ਹੋਏ ਨਾ ਸਾਰੇ, ਕਿਉਂਕਿ ਇਹ ਮੈਂ ਤਾਂ ਬੋਲ ਸਕਦਾ ਇੰਨੀ ਦਲੇਰੀ ਨਾਲ, ਕਿਉਂਕਿ ਮੇਰਾ ਆਪਦਾ ਝੋਲਾ ਜਿਹੜਾ ਉਹ 'ਚ ਇਮਾਨਦਾਰੀ ਹੈ। ਜੇ ਥੋੜ੍ਹੀ ਵੀ ਬੇਬੇਨੀ ਹੋ ਗਈ, ਥੋੜ੍ਹਾ ਬਹੁਤ ਵੀ ਕੋਈ ਮੇਰੇ 'ਤੇ ਪੈਸੇ ਪੂਸੇ ਖਾਣ ਦਾ ਜਾਂ ਕੋਈ ਹੋਰ ਗਰੁੱਪਿਜ਼ਮ ਦਾ ਜਾਂ ਕੋਈ ਉਹਦਾ ਲੱਗ ਗਿਆ ਆਰੋਪ, ਫਿਰ ਮੈਂ ਨਹੀਂ ਬੋਲ ਸਕਦਾ, ਫਿਰ ਮੈਂ ਕਾਣਾ ਹੋ ਜੂੰਗਾ। ਸੋ ਮੈਂ ਇਸੇ ਕਰਕੇ ਇੱਕੋ ਕਹਿੰਦਾ, ਉਹ ਕਹਿੰਦਾ ਝਾਕੀ 'ਚ ਕਹਿੰਦਾ 26 ਜਨਵਰੀ ਵਾਲੇ 'ਚ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਫੋਟੋ ਲਾ ਲਈ ਸੀ ਉਹਦੀ। ਉਹ ਮੈਂ ਕਿਹਾ ਭਰਾ ਕਿੱਥੇ ਲਾ ਲਈ ਸੀ, ਦਿਖਾ ਤਾ ਦੇ। ਕੱਲ੍ਹ ਪਰਸੋਂ ਡਿਪਾਰਟਮੈਂਟ ਨੇ ਜਾਰੀ ਕਰਤਾ ਵੀ ਕੋਈ ਫੋਟੋ ਨਹੀਂ ਲੱਗੀ ਸੀ। ਮੈਂ ਕਿਹਾ ਹੁਣ ਦੱਸਗਾ ਭਲਾ ਕੀ ਹੋਇਆ, ਨਿੱਜੀ ਸੋਚ ਸੀ ਕਹਿੰਦੇ ਲੈ। ਓਏ ਰੱਬਾ, ਨਿੱਜੀ ਸੋਚਾਂ ਵਾਲੇ ਬਹੁਤ ਪਏ ਇੱਕ ਤਾਂ ਇੱਥੇ। ਉਹ ਬਣੇ ਨੇ ਆਪਣੇ ਰੋੜੇ, ਉਹ ਪੰਜਾਬ ਦੇ ਰਾਹਾਂ 'ਚ ਉਹ ਰੋੜੇ ਬਣੇ ਨੇ। ਕੋਈ ਫੰਕਸ਼ਨ ਕਰ ਲਈਏ, ਕੋਈ ਪੋਜ਼ਿਟਿਵ ਫੰਕਸ਼ਨ ਕਰ ਲਈਏ, ਉਹਨੇ ਦੱਸਿਆ ਜਿੱਦੇ ਮੈਂ ਫੰਕਸ਼ਨ ਕੀਤਾ ਵੀ ਚਲੋ ਰੋਜ਼ ਦੀ ਕਿਚ ਕਿਚਨ ਮੁਕਾਉਂਦੇ ਹਾਂ ਯਾਰ, ਆ ਜਾਓ ਉੱਥੇ ਲੁਧਿਆਣੇ ਉੱਥੇ ਡਿਬੇਟ ਕਰਦੇ ਹਾਂ 1 ਨਵੰਬਰ ਨੂੰ। ਕੋਈ ਨਹੀਂ ਆਇਆ ਉੱਥੇ, ਆਇਆ ਕੋਈ ਉੱਥੇ? ਤੁਸੀਂ ਦੇਖਿਆ ਹੋਣਾ ਸਾਰਾ, ਕੋਈ ਆਇਆ? ਕਿਉਂ ਨਹੀਂ ਆਏ? ਕਿਉਂਕਿ ਪੱਕਾ ਪਤਾ ਸੀ ਕਿ ਅੱਜ ਦੇੜੇ ਜਾਵਾਂਗੇ ਇੱਥੇ ਫਿਰ। ਔਰ ਉੱਤੋਂ ਮੈਨੂੰ ਪਤਾ ਬਹੁਤ ਇਹਨਾਂ ਦਾ ਵੀ ਕੀ ਕੀਤਾ ਕਿਹਨੇ ਕਿਹਨੇ, ਪਹਿਲਾਂ ਤੋਂ ਪਤਾ। ਜਦੋਂ ਕੈਸਟਾ ਸੀਡੀਆਂ ਕਰਦਾ ਸੀ ਨਾ, ਉਦੋਂ ਮੈਂ ਪੋਲੀਟੀਕਲ ਸਟਾਇਰ ਕਰਦਾ ਸੀ ਤਾਂ ਮੈਨੂੰ ਜਾਣਕਾਰੀ ਤਾਂ ਰੱਖਣੀ ਪੈਂਦੀ ਸੀ। ਇਹਨਾਂ ਨੇ ਸਾਡੇ ਇੱਕ ਦੋ ਪੀੜ੍ਹੀਆਂ ਤਾਂ ਇਹਨਾਂ ਨੇ ਖਾ ਲਈਆਂ, ਬਚਪਨ ਖਾ ਗਏ, ਜਵਾਨੀ ਖਾ ਗਏ, ਬੁਢਾਪਾ ਖਾ ਗਏ। ਦੱਸੋ ਕਿਤੇ ਨਹੀਂ ਜਾਣ ਜੋਗੇ। ਕੋਈ ਪ੍ਰਾਈਵੇਟ ਹਸਪਤਾਲ ਚਲੇ ਜਾਓ, ਸਿੱਧਾ ਹੀ ਪਹਿਲਾਂ 5 ਲੱਖ ਜਮ੍ਹਾਂ ਕਰਾ ਦਿਓ ਜੀ। ਕੋਈ ਸਰਕਾਰੀ ਸਕੂਲ 'ਚ ਕਹਿੰਦੇ ਜੀ ਪੜ੍ਹਾਈ ਹੈ ਨਹੀਂ, ਇਹਦਾ ਮਤਲਬ ਇਹ ਨਹੀਂ ਕਿ ਟੀਚਰ ਹੈ ਮਾੜੇ ਨੇ ਜਾਂ ਟੀਚਰ ਹੈ ਨਹੀਂ, ਇਨਫਰਾਸਟ੍ਰਕਚਰ ਹੈ ਨਹੀਂ ਸੀ ਜੀ। ਇਸ ਵਕਤ ਆਪਣੇ 20,000 ਸਰਕਾਰੀ ਸਕੂਲ ਹੈ, ਇਸ ਵਕਤ 17,000-18,000 ਸਰਕਾਰੀ ਸਕੂਲਾਂ 'ਚ ਕੰਮ ਚੱਲ ਰਿਹਾ। ਕਿਹਦੀ 4 ਦੀਵਾਰੀ ਬਣ ਰਹੀ ਹੈ, ਕਿਤੇ ਸਮਾਰਟ ਰੂਮ ਬਣ ਰਹੇ ਨੇ, ਕਿਤੇ ਬਾਥਰੂਮ ਬਣ ਰਹੇ ਨੇ, ਕਿਤੇ ਫਰਨੀਚਰ ਪਹੁੰਚ ਰਿਹਾ। ਹੁਣ ਜਾ ਕੇ ਠੀਕ ਕਰਨ ਲੱਗਿਆ ਜੀ। ਹੁਣ ਦੇਖੋ ਤੁਸੀਂ ਪ੍ਰਾਈਵੇਟ 'ਚੋਂ ਹਟਾ ਕੇ ਬੱਚਿਆਂ ਨੂੰ ਇਧਰਲੇ ਪਾਸੇ ਲਾਉਣ ਲੱਗੇ, ਹੁਣ ਸਾਡੇ ਕੋਲ ਗਿਣਤੀ ਆ ਗਈ, ਸਰਕਾਰੀ 'ਚ ਲਾਉਣ ਲੱਗੇ। ਹੁਣ ਯਕੀਨ ਬਣ ਗਿਆ, ਗੱਲ ਤਾਂ ਯਕੀਨ ਦੀ ਹੈ, ਦੇਖੋ ਵਿਸ਼ਵਾਸ ਦੀ ਹੈ ਗੱਲ ਤਾਂ, ਗੱਲ ਆ ਕੇ ਵਿਸ਼ਵਾਸ 'ਤੇ ਨਿਬੜ ਜਾਂਦੀ। ਸੋ ਇੱਕ ਸ਼ਾਇਰ ਨੇ ਲਿਖਿਆ, ਉਹ ਕਹਿੰਦਾ ਜੀਵਨ ਰੁੱਖ ਨੂੰ ਹੱਥੀਂ ਟੱਕੇ ਨਾ ਮਾਰੋ, ਜੀਵਨ ਰੁੱਖ ਨੂੰ ਹੱਥੀਂ ਟੱਕੇ ਨਾ ਮਾਰੋ, ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ, ਗਰੀਬ ਦਾ ਬਾਲ ਖਿਡਾਉਣੇ ਵਹਿੰਦਾ ਹੈ ਤਾਂ ਕੀ ਹੋਇਆ, ਆਪੇ ਤੁਰ ਜਾਵੇਗਾ, ਧੱਕੇ ਨਾ ਮਾਰੋ, ਜਿੱਤ ਲੈਣਾ ਅਤੇ ਖੋ ਲੈਣਾ ਇੱਕ ਬਰਾਬਰ ਨਹੀਂ ਹੁੰਦਾ, ਘੱਟੋ ਘੱਟ ਦੁਖੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ। ਸੋ ਇਹਨਾਂ ਨੂੰ ਦੁਖੀਆਂ ਨਾਲ ਯੱਕੇ ਮਾਰਨ ਦੀ ਆਦਤ ਪਈ ਹੋਈ ਹੈ, ਜਿਹੜੀ ਕਿ ਹੁਣ ਨਹੀਂ ਹੈ। ਬਸ ਇਹੀ ਇਹੀ ਸਭ ਤੋਂ ਵੱਡਾ ਉਹਨਾਂ ਦਾ ਅੰਦਰ ਉਹਨਾਂ ਨੂੰ ਟੇਕ ਨਹੀਂ ਦਿੰਦਾ ਕਿ ਆਮ ਘਰਾਂ ਦਾ ਮੁੰਡਾ ਇਸ ਕੁਰਸੀ 'ਤੇ ਕਿਵੇਂ ਪਹੁੰਚ ਗਿਆ, ਇੱਕ ਆਮ ਘਰ ਦਾ ਮੁੰਡਾ ਆਮ ਘਰਾਂ